ਸਵੀਪੀ ਟਿੱਲੋ ਦੇ ਕਰਤੀ ਹੋਈ ਹਮਲੇ ਦੀ ਇੱਕ ਹੋਰ ਵੀਡੀਓ ਵੀ ਸਾਹਮਣੇ ਆਈ ਹੈ ਜਿਹਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਕੁਲਵੁੱਡ ਬੀਸੀ ਦੇ ਵਿੱਚ ਪੰਜਾਬੀ ਗਾਇਕ ਕੇਪੀ ਟਿੱਲੋ ਦੇ ਘਰ ਤੇ ਗੋਲੀਆਂ ਚਲਾਈਆਂ ਗਈਆਂ ਸਨ। ਡਰਾਈਵ ਵੇਵ ਦੇ ਵਿੱਚ ਕਾਲੇ ਰੰਗ ਦਾ ਟਰੱਕ ਅਤੇ ਇੱਕ ਛੋਟਾ ਵਾਹਨ ਸੜ ਗਿਆ। ਇੰਡੋ ਕੈਨੇਡੀਅਨ ਰੈਪਰ ਸ਼ਿੰਦਾ ਕਾਲੋ ਜੋ ਕਿ ਏਪੀ ਟਿੱਲੋ ਦਾ ਨਜ਼ਦੀਕੀ ਸਾਥੀ ਸੀ ਅਤੇ ਹਮਲੇ ਸਮੇਂ ਘਰ ਵਿੱਚ ਇਕਲੌਤਾ ਵਿਅਕਤੀ ਸੀ, ਸੁਰੱਖਿਅਤ ਹੈ। ਸਵੀਪੀ ਟਿੱਲੋ ਦੇ ਘਰ ਤੇ ਹੋਈ ਹਮਲੇ ਦੀ ਇੱਕ ਹੋਰ ਵੀਡੀਓ ਵੀ ਸਾਹਮਣੇ ਆਈ ਹੈ ਜਿਹਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਕੁਲਵੁੱਡ ਬੀਸੀ ਦੇ ਵਿੱਚ ਪੰਜਾਬੀ ਗਾਇਕ ਕੇਪੀ ਟਿੱਲੋ ਦੇ ਘਰ ਤੇ ਗੋਲੀਆਂ ਚਲਾਈਆਂ ਗਈਆਂ ਸਨ। ਡਰਾਈਵ ਵੇਵ ਦੇ ਵਿੱਚ ਕਾਲੇ ਰੰਗ ਦਾ ਟਰੱਕ ਅਤੇ ਇੱਕ ਛੋਟਾ ਵਾਹਨ ਸੜ ਗਿਆ। ਇੰਡੋ ਕੈਨੇਡੀਅਨ ਰੈਪਰ ਸ਼ਿੰਦਾ ਕਾਲੋ ਜੋ ਕਿ ਏਪੀ ਟਿੱਲੋ ਦਾ ਨਜ਼ਦੀਕੀ ਸਾਥੀ ਸੀ ਅਤੇ ਹਮਲੇ ਸਮੇਂ ਘਰ ਵਿੱਚ ਇਕਲੌਤਾ ਵਿਅਕਤੀ ਸੀ, ਸੁਰੱਖਿਅਤ ਹੈ।